सोचा दुनिया किस तरह की हो सकती है। सर ही जो औलाद पैदा होती है माँ बाप की अखां दे विच यही हुंदा कि वड्डे होणगे साडा रोजी रोटी चलाणगे। 17 सालों का नौजवान पुत हो गया, अखां की रोशनी आ घर, फिर किस तरह गुजारा चलता? बड़ी मुश्किल चलता है, अपनी दवें दी गैबियां ते बच्चे छोटे है। महकदीप सिंह जी अखां नहीं हैगियां, महसूस हुंदा है कि वेखना चाहुंदे हो दुनिया पूरी चंगी तरीके नाल? हाँ जी। ਕਦੋਂ ਗਈ ਸੀ? 3 ਸਾਲਾਂ ਦਾ ਹਾਂਜੀ ਜਦੋਂ ਗਈ। ਕੀ ਹੋਇਆ, ਕੀ ਸੀਗਾ? ਮਾਤਾ ਨਿਕਲੀ ਸੀ, ਉਸ ਤੋਂ ਬਾਅਦ ਮਲਦੇ ਮੁਲਦੇ ਰਹੇ, ਉਦੋਂ ਛੋਟਾ ਹਾਂ ਮੈਂ, ਅਤੇ ਬਾਅਦ 'ਚ ਫੁੱਲ ਗਏ, ਇੱਦਾਂ ਹੀ ਹੋ ਗਈਆਂ। ਵੇਖਣਾ ਚਾਹੁੰਦੇ ਹੋ ਦੁਨੀਆ? ਹਾਂਜੀ। ਅਤੇ ਜੇ ਬੱਚੇ ਦੇ ਇਲਾਜ ਵਾਸਤੇ ਆਖੀਏ ਤਾਂ ਇਹਨਾਂ ਵਾਸਤੇ ਬੜਾ ਨਾਮੁਮਕਿਨ ਹੈ, ਸੋ ਉਸ ਨਾਮੁਮਕਿਨ ਨੂੰ ਅਸੀਂ ਮੁਮਕਿਨ ਕਰਨ ਵਾਸਤੇ ਆਏ ਹਾਂ, ਇਸ ਮੁਸ਼ਕਿਲ ਨੂੰ ਇਹਨਾਂ ਦੇ ਨਾਲ ਹੀ ਇਲਾਜ ਜਿਹੜਾ ਉਹ ਬੱਚੇ ਦਾ ਕਰਾਵਾਂਗੇ। ਤਾਂ ਸਭ ਨੂੰ ਪਹਿਲਾਂ ਕਿਹਦਾ ਸ਼ੁਕਰੀਆ ਤੁਸੀਂ ਅਦਾ ਕਰੋਗੇ? ਪਰਮਾਤਮਾ ਦਾ ਕਰੋਗੇ, ਮਾਂ ਬਾਪ ਨੂੰ ਵੇਖਣਾ ਪਸੰਦ ਕਰੋਗੇ, ਕਿ ਕਿਸ ਨੂੰ ਵੇਖਣਾ ਪਸੰਦ ਕਰੋ ਜੇ ਅੱਖਾਂ ਵਾਪਸ ਆਉਂਦੀਆਂ? ਅੱਛਾ, ਹੋਰ ਕੀ ਚੀਜ਼ ਦਾ ਸ਼ੌਂਕ ਆ ਮਹਿਕਦੀਪ ਸਿੰਘ ਨੂੰ? ਕੀ ਗਾਣਾ ਗੁਣਾ ਬੋਲਣ ਦਾ ਸ਼ੌਂਕ ਹੈਗਾ? ਬੋਲਣਾ ਤਾਂ ਨਹੀਂ ਆਉਂਦਾ, ਪਰ ਫੋਨ 'ਚ ਵਾਧੂ ਸੁਣ ਲਈਦੇ। ਸਮਾਜ ਸੇਵੀ ਅਕਸਰ ਹੀ ਆਪਣੀ ਸਮਾਜ ਸੇਵੀ ਕੰਮ ਕਰਕੇ ਜਾਣੇ ਜਾਂਦੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਦੀ, ਤਾਂ ਕਈ ਇਸ ਤਰ੍ਹਾਂ ਦੇ ਚਿਹਰੇ ਵੀ ਸਾਹਮਣੇ ਆਏ ਸੀ ਜਿਨ੍ਹਾਂ ਵੱਲੋਂ ਸਮਾਜ ਸੇਵੀਆਂ ਦਾ ਬਹੁਤ ਵਧੀਆ ਕੰਮ ਕੀਤਾ ਗਿਆ ਹੈ। ਪੀਪੀ ਪੁਨੀਤ ਦੀ ਗੱਲ ਕੀਤੀ ਜਾਵੇ, ਚਾਹੇ ASI ਦਲਜੀਤ ਸਿੰਘ ਦੀ ਗੱਲ ਕੀਤੀ ਜਾਵੇ, ਲਗਾਤਾਰ ਹੀ ਉਹਨਾਂ ਵੱਲੋਂ ਸਮਾਜ ਦੇ ਉਹਨਾਂ ਅੰਗਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਜੋ ਉਹਨਾਂ ਦੀ ਜ਼ਰੂਰਤਾਂ ਨੇ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ। ਅੱਜ ਵੀ ਅਸੀਂ ਮੌਜੂਦ ਹਾਂ ਛੋਟੇ ਸੰਸਦ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਅਸੀਂ ਘਰ ਦੇ ਇੱਕ ਵਿੱਚ ਮੌਜੂਦ ਹਾਂ, ਜਿੱਥੇ ਕਿ ਇੱਕ ਨੌਜਵਾਨ ਜੋ ਕਿ 17 ਸਾਲ ਦਾ ਨੌਜਵਾਨ ਹੈ, ਉਸ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ, ਲੇਕਿਨ ਜਿਸ ਤਰ੍ਹਾਂ ਹੀ ਦਲਜੀਤ ਸਿੰਘ ਹੁਣਾਂ ਨੂੰ ਪਤਾ ਲੱਗਾ, ਉਸ ਤੋਂ ਬਾਅਦ ਉਹ ਇਸ ਘਰ ਦੇ ਵਿੱਚ ਪਹੁੰਚੇ ਅਤੇ ਪਰਿਵਾਰ ਦੇ ਨਾਲ ਜਿਹੜਾ ਆ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਅਤੇ ਕਿਹਾ ਹੀ ਜਾ ਰਿਹਾ ਕਿ ਹੁਣ ਦਲਜੀਤ ਸਿੰਘ ਹੁਣਾਂ ਵੱਲੋਂ ਵੀ ਇਹੀ ਗੱਲ ਕੀ ਜਾ ਕਿਹਾ ਜਾ ਰਿਹਾ ਕਿ ਇਹਨਾਂ ਦਾ ਇਲਾਜ ਜਿਹੜਾ ਹੈ, ਬੱਚੇ ਦਾ ਇਲਾਜ ਜਿਹੜਾ ਹੈ ਉਹ ਕਰਵਾਇਆ ਜਾ ਸਕਦਾ ਹੈ, ਕਿਉਂਕਿ ਸਮਾਜ ਸੇਵੀ ਜਿਹੜੇ ਨੇ ਉਹ ਲਗਾਤਾਰ ਹੀ ਪੰਜਾਬ ਦੇ ਹਰ ਇੱਕ ਵਰਗ ਦੇ ਨਾਲ ਮਿਲ ਕੇ ਉਹਨਾਂ ਨੂੰ ਜੋ ਉਹਨਾਂ ਦੀ ਬੇਸਿਕ ਨੀਡਸ ਨੇ ਉਹ ਵੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਦਲਜੀਤ ਸਿੰਘ ਇੱਕ ਇਸ ਤਰ੍ਹਾਂ ਦੀ ਮਿਸਾਲ ਬਣ ਕੇ ਸਾਹਮਣੇ ਆ ਰਹੇ ਨੇ, ਕਿਉਂਕਿ ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਬੀਤੇ ਸਮੇਂ ਦੀ, ਤਾਂ ਦਲਜੀਤ ਸਿੰਘ ਹੁਣਾਂ ਵੱਲੋਂ ਲਗਾਤਾਰ ਬਹੁਤ ਸਾਰੇ ਕੰਮ ਜਿਹੜੇ ਨੇ, ਉਪਰਾਲੇ ਜਿਹੜੇ ਨੇ ਉਹ ਵੀ ਕੀਤੇ ਗਏ ਨੇ। ਲੇਕਿਨ ਅੱਜ ਦਲਜੀਤ ਸਿੰਘ ਉਹਨਾਂ ਦੇ ਬੱਚੇ ਦੇ ਪਿੰਡ ਪਹੁੰਚੇ ਨੇ, ਬੱਚੇ ਦਾ ਹਾਲ ਚਾਲ ਵੀ ਜਾਣਿਆ ਜਾ ਰਿਹਾ, ਗੱਲਬਾਤ ਵੀ ਕਰਾਂਗੇ ਦਲਜੀਤ ਸਿੰਘ ਹੁਣਾਂ ਨਾਲ, ਕਿਉਂਕਿ ਅਕਸਰ ਹੀ ਜਦੋਂ ਇੱਥੇ ਪਹੁੰਚਿਆ ਗਿਆ ਸੀਗਾ ਤਾਂ ਦਲਜੀਤ ਸਿੰਘ ਹੁਣਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ, ਗੱਲਬਾਤ ਵੀ ਕਰਦੇ ਹਾਂ। ਦਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਹੀ ਖਾਕੀ ਨੂੰ ਨਾ ਇੱਕ ਅਲੱਗ ਹੀ ਨਜ਼ਰ ਨਾਲ ਦੇਖਿਆ ਜਾਂਦਾ, ਤੁਹਾਡੇ ਵੱਲੋਂ ਜਦੋਂ ਕੰਮ ਕੀਤਾ ਜਾਂਦਾ ਹੈ ਕਿੰਨਾ ਕੁ ਮਹਿਸੂਸ, ਪ੍ਰਾਊਡ ਮਹਿਸੂਸ ਹੁੰਦਾ, ਕਿਉਂਕਿ ਖਾਕੀ ਵਰਦੀ ਪਾ ਕੇ ਲੋਕ ਅਕਸਰ ਅੱਗੇ ਵੱਲ ਨੂੰ ਭੱਜਦੇ ਨੇ, ਭਾਵੇਂ ਜੁਰਮ ਵਾਲੇ ਹੋਣ ਚਾਹੇ ਦੂਸਰੇ ਹੋਣ, ਤੁਸੀਂ ਪਹੁੰਚਦੇ ਹੋ ਵਰਦੀ ਪਾ ਕੇ, ਫਿਰ ਲੋਕਾਂ ਦਾ ਕਿਸ ਤਰ੍ਹਾਂ ਪਿਆਰ ਮਿਲਦਾ ਤੁਹਾਨੂੰ? ਇਹੋ ਹੀ ਜਿਹੜਾ ਲੋਕਾਂ ਦੇ ਮਨਾਂ ਵਿੱਚ ਪੈ ਬੈਠਾ ਜਾਂ ਡਰ ਬੈਠਾ ਵਾ, ਉਹਨਾਂ ਦੂਰੀਆਂ ਨੂੰ ਆਪਾਂ ਹਟਾਉਣ ਵਾਸਤੇ ਆਪਾਂ ਇਹ ਉਪਰਾਲਾ ਕਰ ਰਹੇ ਹਾਂ ਕਿ ਮੈਂ ਯੂਨੀਫਾਰਮ ਪਾ ਕੇ, ਕੋਈ ਵੀ ਸਮਾਜ ਸੇਵਾ ਮੈਂ ਯੂਨੀਫਾਰਮ ਪਾ ਕੇ ਕਰ ਰਿਹਾ, ਲੋਕਾਂ ਦੇ ਮਨਾਂ ਵਿੱਚ ਜਿਹੜੀ ਆ ਡਰ ਬੈਠਾ ਹੋਇਆ ਉਹਨੂੰ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜੇ ਲੋਕਾਂ ਦੀਆਂ ਸਾਡੇ ਤੋਂ ਦੂਰੀਆਂ ਬਣੀਆਂ ਹੋਈਆਂ ਉਹਨਾਂ ਨੂੰ ਨੇੜਤਾ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਮੇਰੀ ਜਿੰਨੀਆਂ ਵੀ ਸੇਵਾਵਾਂ ਹੁੰਦੀਆਂ ਉਹ ਯੂਨੀਫਾਰਮ ਦੇ ਵਿੱਚ ਹੀ ਹੁੰਦੀਆਂ। ਦਲਜੀਤ ਸਿੰਘ ਜੀ, ਅੱਜ ਵੀ ਤੁਸੀਂ ਇੱਕ ਪਿੰਡ ਪਹੁੰਚੇ ਹੋਏ, ਕਿਹੜਾ ਪਿੰਡ ਆ ਔਰ ਕੀ ਇੱਥੇ ਕਿਸ ਬੱਚੇ ਨੂੰ ਕੀ ਚੀਜ਼ ਦੀ ਜਿਹੜੀ ਨੀਡ ਹੈਗੀ ਇਸ ਸਮੇਂ? ਇਹ ਜੀ, ਸਾਨੂੰ ਸਾਡੇ ਇੱਕ ਛੋਟੇ ਵੀਰ ਸੀਗੇ, ਉਹਨਾਂ ਨੇ ਸਾਨੂੰ ਵੀਡੀਓ ਭੇਜੀ ਸੀਗੀ ਵੀ ਇਹ ਛੋਟਾ ਸੈਂਸ ਦਾ ਪਿੰਡ ਆ, ਇਹ ਨਾਲਾ ਰੋਡ 'ਤੇ ਇਹ ਗੁਰੂ ਕਾ ਬਾਗ ਦੇ ਨੇੜੇ ਪੈਂਦਾ। ਇਹ ਬੇਟਾ ਜਿਹੜਾ ਇਹ 17 ਸਾਲ ਦਾ ਵਾ, ਮਹਿਕਦੀਪ ਸਿੰਘ ਨਾਮ ਹੈ। ਇਹਦੇ ਪਾਪਾ ਜਿਹੜੇ ਆ ਉਹ ਆਪਣੇ ਕਾਰਪੋਰੇਸ਼ਨ ਦੇ ਵਿੱਚ ਕੱਚੇ ਮੁਲਾਜ਼ਮ ਦੇ ਤੌਰ 'ਤੇ ਕੰਮ ਕਰ ਰਹੇ ਨੇ, ਅਤੇ ਇਹਨਾਂ ਦੇ ਘਰ ਦੇ ਹਾਲਾਤ ਜੋ ਹੈ, ਦੋਨੋਂ ਮੀਆਂ ਬੀਵੀ ਜਿਹੜੇ ਹੈਂਡੀਕੈਪਡ ਹੈਗੇ, ਅਤੇ ਇਹਨਾਂ ਦਾ ਬੇਟਾ ਜਿਹੜਾ ਵਾ ਉਹ ਅੱਜ 17 ਸਾਲ ਦਾ ਹੋ ਗਿਆ, ਅਤੇ 3 ਸਾਲ ਤੋਂ ਬਾਅਦ ਇਹਦੀ ਨਿਗਾਹ ਜਿਹੜੀ ਸੀ ਉਹ ਡਾਊਨ ਹੋ ਗਈ ਹੈ, ਅਤੇ ਇਹਨੂੰ ਜਿਹੜੀ ਮਾਤਾ ਚੇਚਕ ਜਿਹਨੂੰ ਕਹਿੰਦੇ ਸੀ ਉਹ ਨਿਕਲੀ ਸੀਗੀ, ਅਤੇ ਉਹਦੇ ਕਾਰਨ ਕਰਕੇ ਇਹਦੀ ਲਾਈਟ ਜਿਹੜੀ ਅੱਖਾਂ 'ਚ ਚਲੀ ਗਈ। ਸੋ ਅਸੀਂ ਇਹ ਜਿਹੜੀ ਸੇਵਾ ਵਾ ਇਹ ਅਸੀਂ ਆਪਣੇ ਜਿੰਮੇ ਲਈ ਆ ਵੀ ਇਹਦਾ ਅਸੀਂ ਇਲਾਜ ਜਿਹੜਾ ਉਹ ਸ਼ੁਰੂ ਕਰਾਉਣਾ, ਅਤੇ ਉਹ ਜਿਹੜਾ ਮੈਂ ਇਲਾਜ ਲੈਣ ਇਲਾਜ ਕਰਾਉਣ ਵਾਸਤੇ ਇਹਨੂੰ ਮੈਂ ਅੱਜ ਲੈ ਕੇ ਚੱਲਿਆ ਜੀ ਇਲਾਜ ਕਰਾਉਣ ਵਾਸਤੇ। ਜੇਕਰ
गल की जाए कहते हैं कि अखा का जो दान है सब ना वड्डा दान मनिया गया है, चाहे वह खून दान भी हो चाहे, लेकिन क्योंकि अखा है तो लोग जहान देख लेंगे ने कि लगता है कि इस बच्चे वह जहान दिखाने वास्ते सारी कोशिश की जा रही है। वेखो जी जिहदे कोल दंद नहीं है वह मूँह का स्वाद नहीं है, जिहदे कोल अखा नहीं है वह जहान नहीं है, लेकिन अहीं एक छोटा जिहा उपराला कर रहे हैं जे इन्हां दी आवाज़ जिहड़ी आ असीं मीडिया राहीं उन्हां दानी सज्जनां अगे पहुँचाउणा चाहुंदे हां कि जिहड़ा भी कोई वीर है इस बच्चे की हैल्प करनी चाहुंदा असीं इहदा इलाज शुरू करा देण लगे हां ते उह वीर जिहड़े आ अगे इन्हां इस बेटे की आवाज़ जिहड़ी आ उहनूं सुण के दूजे लोकां तक ये जिहड़ी आवाज़ पहुँचे ते जिहड़े आम लोग जिस तरह ये अज गरीबी होण करके ये अपना इलाज नहीं करा सकते, लेकिन इस सुण विच आया बेटे की लाइट हैगी आ, लेकिन इन्हों इन्ना पैसा ना होने करके मजबूरियां कर दी वो मर गई, सो असी ये उपराला कर लगे, बाकी गुरु रामदास जी वो हथ है जो भी वो सेवा करवाएंगे वो अहिस करेंगे। अक्सर ही जो भी जिस तरह तुम लाइट की गल की पहले रिपोर्ट्स चेक कराई जाती उस तो बाद ही जरा फरदर अगे काम जरा शुरू कर किया जाता है कि हूँ तुम इन्हों रिपोर्ट्स चेक करा दी गई ने डॉक्टर्स ने की सलाह दी कि कहते हैं कि अखा जी रोशनी वो वापस आ सकती है इस तरीके इन्हों रिपोर्टा जी असं लिजा के करवाणी वा जो भी है टेस्ट वगैरह होने उन्हों तो बाद जी लास्ट डिसीजन दसा जाएगा, लेकिन डॉक्टर साहब ने असं गल कर ली है उन्होंने कहा भी तुम इन्हें लियाओ तो असं इलाज शुरू कर देवे। जो घर पहुंचे तो फिर घर के हालात किस तरह के तुम नज़र आए, क्योंकि अक्सर ही कहते हैं कि घर के हालात सुखले होने बहुत वधिया जिहड़ा वो माहौल भी रहा है, किस तरह के तुम घर के हालात लगे और बहुत सारी होर भी जरूरत जीडिया ने सू भी नज़र आ रही सी। घर के हालात वेखो जी आ भैन जी है इन्हों माता जी इन्हों हैंडीकैप ने लातों इन्हों फादर साहब ने यह भी हैंडीकैप्ड ने यह कारपोरेशन के जोड़े बतौर मुलाजम कच्चे मुलाजम जो सेवा कर रहे हैं तो जे ये मसा रोटी पानी चलता होएगा हो सकता घर का गुजारा ही चलता हो जे बच्चे इलाज वास्ते आखिए तो इन्हों वास्ते बड़ा नामुमकिन है, सो उस नामुमकिन असं मुमकिन करने वास्ते आए हैं इस मुश्किल में इन्हों के नाल इलाज जोड़ा वो बच्चे का करावे जो भी साढ़े तो मुनासिब हैल्प होएगी। दलजीत सिंह जी कि खर्चा आया हो सकता है और तुम्हें की लगता है कि कितने तक जी है इलाज जरा मुमकिन है जो भी इलाज है जो निगाह होने तक जो भी रिपोर्टा का खर्चा जो भी टेस्ट हो सारा टेस्ट जो इन्होंने करावे इन्हों रहन का इन्हों रोटी पानी का भी वो असं खर्चा जो आप देवे जिन्ना भी हो सकता मुनासिब चाहे इन्हों का इलाज जो पीजी तो करवा पाए असं इन्हों का इलाज करवावे। घर के होर कौन कौन है जे जेकर गल की जाए घर की तो इन्हों के होर बेटे ने छोटे वो अपना अपना काम कर रहे हैं, छोटे ने कुछ एक बेटा जो नाल इन्हें हैल्प करता थोड़ी बहुत, लेकिन फिर भी वो जो घर का गुजारा जो बड़ी मुश्किल चलता पाया तो जरा बेटा वा ये बेटा जरा वा 16-17 साल की एज है तो 16-17 साल की एज मतलब कि इन्हें अजे वेख्या भी नहीं दुनिया से कुछ भी की है, लेकिन यू बड़ी चाह है कि मैं कुछ वेखा मैं मोबाइल वेखा मैं कुछ गावं मैं कुछ नव करा मैं अपने माँ प्यो की सेवा करा, सो असी इस बेटे की जी आसा वा उन्होंने असं बोल पाना चाहते हैं परमात्मा करे भी यदि जी आस है वह पूरी हो जी। सारी सेवा जी है तुसी अपने वालों करवाओगे दानी सज्जन सुजन भी नाल रल के करेंगे बिल्कुल ये साढ़े नाल दानी सज्जन भी बहुत ज़्यादा है और साढ़े डिपार्टमेंट के होर भी ऐसे लोग ने जो बहुत साथ देंगे ने तो असं अपने वालों भी कोशिश करते हैं जिनी कि सेवा हो सकते उन्नी असी सेवा करवाने साढ़े ना NGO भी जुड़िया हुई जी सा बड़ी हैल्प करते हैं जी। उस बच्चे ने भी गलबात करने की कोशिश करते हैं कि नाम है और की करना चाहता बेटा की नाम है तो महकदीप सिंह। महकदीप सिंह जी अखा नहीं है महसूस होंगे कि वेखना चाहते हो दुनिया पूरी चंगी तरीके। हाँ जी कदों दी गई सी अखा रोशनी कदों गई सी 3 साल का हाँ जो गई की होया की सीगा माता निकली उस तो बाद मलदे मुलदे रहे उदो छोटा हाँ मैं तो बाद च फुल इदा ही हो गई। कभी सोचा दुनिया किस तरह की हो सकती है नहीं सोचा वेखना चाहते हो दुनिया। हाँ जी अंकल होने आए ने पुलिस वाले अंकल ने तुहाडी मदद करने वास्ते पहुंचे ने की कहना चाहोगे किस तरह उन्हां दी जिहड़ी उन्हां दी शुकराना जिहड़ा तुसी करना चाहोगे शुक्रिया करना चाहोगे उन्हां दा। हाँ जी अच्छा होर की चीज़ का शौक है महकदीप सिंह नूं कि गाना गुणा बोलन का शौक हैगा है है जी। गाना पसंद है बोल के सुनाओ कि गाना नहीं आंदे नहीं बोलना नहीं आता
ਬੋਲਣਾ ਤਾਂ ਨਹੀਂ ਆਉਂਦਾ ਪਰ ਫੋਨ 'ਚ ਵਾਧੂ ਸੁਣ ਲਈਦੇ ਫੋਨ 'ਚ ਸੁਣ ਲਈਦੇ ਆ ਜਦੋਂ ਅੱਖਾਂ ਆ ਗਈਆਂ ਤਾਂ ਸਭ ਨੂੰ ਪਹਿਲਾਂ ਕਿਹਦਾ ਸ਼ੁਕਰੀਆ ਤੁਸੀਂ ਅਦਾ ਕਰੋਗੇ ਪਰਮਾਤਮਾ ਦਾ ਕਰੋਗੇ ਮਾਂ ਬਾਪ ਨੂੰ ਵੇਖਣਾ ਪਸੰਦ ਕਰੋਗੇ ਕਿ ਕਿਸ ਨੂੰ ਵੇਖਣਾ ਪਸੰਦ ਕਰੋ ਜੇ ਅੱਖਾਂ ਵਾਪਸ ਆਉਂਦੀਆਂ ਤਾਂ ਮੰਮੀ ਪਾਪਾ ਨੂੰ ਵੇਖਣਾ ਪਸੰਦ ਕਰੋਗੇ ਗੁਰਦੁਆਰਾ ਸਾਹਿਬ ਜਾਓਗੇ ਕਿੱਥੇ ਜਾਓਗੇ ਜੇ ਅਗਰ ਅੱਖਾਂ ਆਉਂਦੀਆਂ ਵਾਪਸ ਸ਼ੁਕਰੀਆ ਕਿੱਦਾਂ ਅਦਾ ਕੀਤਾ ਜਾਏਗਾ ਮੈਂ ਗੁਰਦੁਆਰੇ ਜਾਊਂਗਾ ਸੋ ਗੁਰਦੁਆਰੇ ਜਾ ਕੇ ਜ਼ਰੂਰ ਸ਼ੁਕਰੀਆ ਅਦਾ ਕੀਤਾ ਜਾਏਗਾ ਮਹਿਕਦੀਪ ਸਿੰਘ ਆ ਮਹਿਕ ਖਿਲਾਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਦਲਜੀਤ ਸਿੰਘ ਉਹ ਸ਼ਖਸ ਨੇ ਜਿਹੜੇ ਆਮ ਵਿਅਕਤੀ ਤੱਕ ਜਿਹੜਾ ਆ ਉੱਥੇ ਪਹੁੰਚ ਕੇ ਜਿਹੜਾ ਗੱਲਬਾਤ ਵੀ ਕਰਦੇ ਨੇ ਗਰੀਬ ਲੋਕਾਂ ਦੀ ਜਿਹੜੀ ਆ ਉਹ ਸਾਰ ਵੀ ਲਿੱਤੀ ਜਾਂਦੀ ਹੈ ਆਂਟੀ ਜੀ ਕੀ ਨਾਮ ਹੈ ਤੁਹਾਡਾ ਜਸਬੀਰ ਕੌਰ ਅਕਸਰ ਹੀ ਜਦੋਂ ਔਲਾਦ ਪੈਦਾ ਹੁੰਦੀ ਆ ਮਾਂ ਬਾਪ ਦੀ ਅੱਖਾਂ ਦੇ ਵਿੱਚ ਇਹੀ ਹੁੰਦਾ ਕਿ ਉਹ ਵੱਡੇ ਹੋਣਗੇ ਸਾਡਾ ਰੋਜ਼ੀ ਰੋਟੀ ਚਲਾਉਣਗੇ 17 ਸਾਲਾਂ ਦਾ ਨੌਜਵਾਨ ਪੁੱਤ ਹੋ ਗਿਆ ਅੱਖਾਂ ਦੀ ਰੋਸ਼ਨੀ ਆ ਘਰ 'ਚ ਫਿਰ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਬੜੀ ਮੁਸ਼ਕਲ ਚੱਲਦਾ ਆ ਅਸੀਂ ਦੋਵੇਂ ਆਂਡੀ ਗਏ ਵੇ ਅਤੇ ਬੱਚੇ ਛੋਟੇ ਆ ਇਸ ਕਰਕੇ ਵੱਡਾ ਮੁੰਡਾ ਦਿਹਾੜੀ ਜਾਂਦਾ ਅਤੇ ਨਹੀਂ ਤੁਸੀਂ ਇਲਾਜ ਨਹੀਂ ਕਰਵਾ ਸਕਦੇ ਹਾਂਜੀ ਕੀ ਲੱਗਦਾ ਹੈ ਕਿ ਇੱਕ ਛੋਟੀ ਜਿਹੀ ਗਲਤੀ ਕਰਕੇ ਅੱਖਾਂ ਚਲ ਗਈਆਂ ਹਾਂਜੀ ਜ਼ਰੂਰ ਲੱਗਦਾ ਘਰ ਦੇ ਵਿੱਚ ਫਿਰ ਜੇ ਇਹ ਕਮਾਉਣ ਵਾਲਾ ਵਾ ਜਾਂ ਤੁਹਾਡੇ ਹਸਬੈਂਡ ਕਮਾਉਣ ਵਾਲੇ ਆ ਘਰ ਵਾਲਾ ਤੁਹਾਡਾ ਕਮਾਉਣ ਵਾਲਾ ਫਿਰ ਘਰ ਦਾ ਖਰਚਾ ਕਿੱਦਾਂ ਚੱਲਦਾ ਗੁਜ਼ਾਰਾ ਕਿੱਦਾਂ ਚੱਲਦਾ ਸੀ ਖਰਚਾ ਗੁਜ਼ਾਰਾ ਇਸੇ ਤਰ੍ਹਾਂ ਹੀ ਵੀ ਦਿਹਾੜੀ ਜਦੋਂ 2-4 ਲਾਉਣ ਦੇ ਫਿਰ ਪੈਸੇ ਮਿਲਦੇ ਮੁੰਡੇ ਹਾਂਜੀ ਫਿਰ ਕਦੀ ਸੋਚਿਆ ਕਿ ਪੁੱਤ ਦੀ ਅੱਖਾਂ ਵਾਪਸ ਆ ਜਾਣਗੀਆਂ ਸੋਚੀ ਦਾ ਤਾਂ ਜ਼ਰੂਰ ਆ ਹੁਣ ਗਾੜੀ ਪਰਮਾਤਮਾ ਹੀ ਆਨੇ ਚਲੋ ਤੁਹਾਡੇ ਪੈਰਾਂ ਪਿੱਛੇ ਲੈ ਗਏ ਦਲਜੀਤ ਸਿੰਘ ASI ਤੁਹਾਡੇ ਘਰ ਪਹੁੰਚੇ ਨੇ ਆਸ਼ਵਾਸਨ ਦਿੱਤਾ ਗਿਆ ਕਿ ਇਹਨਾਂ ਦੀ ਅੱਖਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਮਨ ਨੂੰ ਸੰਤੁਸ਼ਟੀ ਹੋਈ ਆ ਮਾਂ ਨੂੰ ਕਿਉਂਕਿ ਮਾਂ ਦਾ ਕਲੇਜਾ ਕਿਸ ਤਰ੍ਹਾਂ ਦਾ ਕਲੇਜਾ ਹੁੰਦਾ ਕਿ ਆਪਣੇ ਪੁੱਤ ਵਾਸਤੇ ਹਰ ਇੱਕ ਚੀਜ਼ ਕਰਨ ਲਈ ਤਿਆਰ ਹੋ ਜਾਂਦੀ ਆ ਕਿੰਨੀ ਕੁ ਸੰਤੁਸ਼ਟੀ ਹੁੰਦੀ ਹੈ ਨਜ਼ਰ ਸੋ ਇਹ ਮਾਂ ਆ ਜਿਹੜਾ ਕਦੀ ਵੀ ਆਪਣੇ ਪੁੱਤ ਨੂੰ ਦੁਖੀ ਨਹੀਂ ਦੇ ਸਕਦੀ ਲੇਕਿਨ ਅੱਜ ਬੇਸ਼ੱਕ ਖੁਸ਼ੀ ਦੇ ਹੀ ਅੱਥਰੂ ਸਹੀ ਕਿਉਂਕਿ ਇਹਨਾਂ ਦੀ ਸੁਣੀ ਗਈ ਹੈ ਲਗਾਤਾਰ ਹੀ ਮਾਂ ਬਾਪ ਜਿਹੜੇ ਨੇ ਉਹ ਬੱਚਿਆਂ ਦੇ ਚੰਗੇ ਭਵਿੱਖ ਲਈ ਹਮੇਸ਼ਾ ਅਰਦਾਸ ਕਰਦੇ ਨੇ ਕਿ ਉਹਨਾਂ ਦਾ ਚੰਗਾ ਭਵਿੱਖ ਹੋਵੇ ਅਤੇ ਕੋਸ਼ਿਸ਼ ਹੀ ਇਹੀ ਵੀ ਹੁੰਦੀ ਹੈ ਕਿ ਬੱਚੇ ਜਿਹੜੇ ਨੇ ਉਹ ਵੱਡੇ ਹੋ ਕੇ ਆਪਣੇ ਮਾਂ ਬਾਪ ਦੀ ਜਿਹੜੀ ਆ ਉਹ ਸੇਵਾ ਕਰ ਸਕਣ ਲੇਕਿਨ ਕਿਸੇ ਟਾਈਮ ਛੋਟੇ ਹੁੰਦਿਆਂ ਕੋਈ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਸ ਕਰਕੇ ਬਹੁਤ ਸਾਰੇ ਨੁਕਸਾਨ ਜਿਹੜੇ ਨੇ ਉਹ ਬੱਚਿਆਂ ਨੂੰ ਵੀ ਝੱਲਣੇ ਪੈ ਸਕਦੇ ਨੇ ਪਿਤਾ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅੰਕਲ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਕਿੱਥੇ ਕੰਮ ਕਰਦੇ ਤੁਸੀਂ ਸਰਕਾਰ ਪੇਸ਼ੈਂਟਸ ਕਿੰਨੀ ਕੁ ਤਨਖਾਹ ਹੈ ਤੁਹਾਡੀ 8,000 ਹੈ ਬੱਚੇ ਦੀ ਅੱਖਾਂ ਦੀ ਰੋਸ਼ਨੀ 3 ਸਾਲ ਤੋਂ ਮੈਂ ਸੁਣਿਆ ਨਹੀਂ ਹੈਗੀ ਫਿਰ ਘਰ 'ਚ ਕਿਸ ਤਰ੍ਹਾਂ ਚੱਲਦਾ ਸੀ ਕਿਉਂਕਿ ਛੋਟੇ ਬੱਚੇ ਨੂੰ ਤਾਂ ਸੰਭਾਲਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਉਦੋਂ ਸਰ ਹੈਗਾ ਕੋਈ ਤਾਂ ਮੈਂ ਲੰਚ ਪਵਾਇਆ ਸੀ ਉਹ ਫਿਰ ਪੈ ਗਿਆ ਦੂਜਾ ਰੰਗ ਪੈ ਗਿਆ ਹੋਲੀਆਂ ਦੇ ਤਿਆਰ ਸੀ ਉਹ ਫਿਰ ਉਹਦਾ ਲੰਚ ਦਾ ਇਸ ਤਰ੍ਹਾਂ ਹੋ ਗਿਆ ਉਦੋਂ ਤਾਂ ਥੋੜ੍ਹੀ ਬਹੁਤੀ ਗੁੰਜਾਇਸ਼ ਹੈਗੀ ਹੁਣ ਉਦੋਂ ਬਾਅਦ ਤੁਹਾਨੂੰ ਪਤਾ ਹੁਣ ਮਾਂ ਸਰਕਲ ਜਾਣੇ ਵੀ ਵੱਡੇ ਹੁੰਦੇ ਆ ਸਰਕਲ ਤੁਹਾਨੂੰ ਪਤਾ ਪੂਰਾ ਪੂਰਾ ਚੱਲਦਾ ਇਸ ਕਰਕੇ ਹੁਣ ਕੀ ਕਹਿ ਸਕਦੇ ਹਾਂ ਹੁਣ ਤਾਂ ਆਹ ਸਾਨੂੰ ਭਾਜੀ ਨੇ ਦੱਸ ਪਈ ਸੀ ਇਹਨਾਂ ਨੇ ਉਦਣ ਕਿਹਾ ਵੀ ਆਹ ਕੰਮ ਇਹਦੀਆਂ ਅੱਖਾਂ ਬਣਵਾਉਣੀਆਂ ਨੇ ਅਤੇ ਅੱਖਾਂ ਜੀ ਜੀ ਸਕਦੇ ਕੱਲ੍ਹ ਨੂੰ ਮੰਨ ਲਓ ਅਸੀਂ ਕਿੰਨਾ ਕੁ ਚਿਰ ਇਹਨਾਂ ਦੇ ਕੋਲ ਰਹਾਂਗੇ ਕੀ ਲੱਗਦਾ ਕਿ ਗੁਰੂ ਸਾਹਿਬਾਨ ਦੀ ਪ੍ਰਕੋਪ ਵੀ ਤਾਂ ਨਹੀਂ ਲੱਗਦੀ ਕਿਉਂਕਿ ਤੁਸੀਂ ਦੋਨੋਂ ਮੀਆਂ ਬੀਬੀ ਹੈਂਡੀਕੈਪ ਜੋ ਬੱਚਾ ਤੁਹਾਡਾ ਇੱਡਾ ਜਵਾਨ ਹੋ ਰਿਹਾ ਆ ਉਹਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਕੀ ਲੱਗਦਾ ਕਿ ਪਰਮਾਤਮਾ ਨੂੰ ਤੁਹਾਡੇ ਵੱਲ ਸੋਚਣਾ ਚਾਹੀਦਾ ਕੁਛ ਨਾ ਕੁਛ ਕਿ ਕਿਉਂਕਿ ਹਮੇਸ਼ਾ ਕਹਿੰਦੇ ਪਰਮਾਤਮਾ ਜਿਹੜਾ ਗਰੀਬ ਦੀ ਆਵਾਜ਼ ਹੁੰਦਾ ਹਮੇਸ਼ਾ ਹੀ ਇਸ ਲੱਗਦਾ ਕਿ ਸੁਣਨੀ ਚਾਹੀਦੀ ਹੈ ਪਰਮਾਤਮਾ ਨੂੰ ਅਤੇ ਜੇ ਸੁਣੀ ਆ ਤਾਂ ਦਲਜੀਤ ਸਿੰਘ ਹੁਣੇ ਪਹੁੰਚੇ ਨੇ ਅਤੇ ਬਾਬੇ ਨਾਨਕ ਗੜੀ ਇਹ ਅਰਦਾਸ ਹੀ ਆ ਉਹਨਾਂ ਨੇ ਮਨ ਮਿਹਰ ਪਾਈ ਤੇ ਤੱਕ ਪਹੁੰਚੀ ਆ ਨਹੀਂ ਤਾਂ ਸਾਨੂੰ ਆਸ ਨਹੀਂ ਹੈਗੀ ਆ ਕਿਉਂਕਿ ਅਸੀਂ ਆਸ ਲਾ ਚੁੱਕੇ ਹੁਣ ਰਿਪੋਰਟਾਂ ਵਗੈਰਾ ਕਰਾਈਆਂ ਕੁਛ ਬੇਟੇ ਦੀਆਂ ਇਹਦੀਆਂ ਮੈਂ ਤੁਹਾਨੂੰ ਦੱਸਣ ਡਿਆ ਵੀ ਰਿਪੋਰਟਾਂ ਸਾਰੀਆਂ ਹੋਈਆਂ ਅਸੀਂ ਲੰਚ ਵੀ ਪਵਾ ਕੇ ਲਿਆ ਹਾਂ ਉਦੋਂ ਬਾਅਦ ਨਾ ਆਪਣੇ ਕੋਲ ਗੁੰਜਾਇਸ਼ ਆਈ ਅਤੇ ਨਾ ਆਪਣੇ ਕੋਲ ਹੋਈ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਕਈ ਸਾਡੇ ਬੱਚੇ ਹੋਣਗੇ ਜਿਹੜੇ ਜਵਾਨ ਵੀ ਨੇ ਲੇਕਿਨ ਆਪਣੇ ਮਾਂ ਬਾਪ ਦੀ ਸੇਵਾ ਜਿਹੜੀ ਆ ਉਹ ਨਹੀਂ ਕਰ ਪਾ ਰਹੇ ਕਿਉਂਕਿ ਕਈ ਮੁਸੀਬਤਾਂ ਜਿਹੜੀਆਂ ਨੇ ਉਹ ਵੀ ਝੱਲਣੀਆਂ ਪੈਂਦੀਆਂ ਨੇ ਲਗਾਤਾਰ ਹੀ ਮਾਂ ਬਾਪ ਜਿਹੜੇ ਨੇ ਉਹ ਆਪਣੇ ਬੱਚਿਆਂ ਵੱਲ ਦੇਖਦੇ ਨੇ ਅਤੇ ਬੱਚੇ ਜਿਹੜੇ ਹਮੇਸ਼ਾ ਆਪਣੇ ਮਾਂ ਬਾਪ ਵੱਲ ਦੇਖਦੇ ਨੇ ਕਿਉਂਕਿ ਕਿਹਾ ਹੀ ਜਾਂਦਾ ਹੈ ਕਿ ਜੇਕਰ ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤਾਂ ਹਰ ਇੱਕ ਜਿਹੜਾ ਦੁੱਖ ਆ ਉਹ ਦੂਰ ਹੋ ਜਾਂਦਾ ਲੇਕਿਨ ਇਹ ਪਰਿਵਾਰ ਬਹੁਤ ਦੁਖੀ ਆ ਅਤੇ ਜਿਹੜੀ ਉਹਨਾਂ ਦੀ ਮਾਤਾ ਜੀ ਉਹਨਾਂ ਦਾ ਤੁਹਾਨੂੰ ਪਤਾ ਹੈ ਕਿ ਰੋ ਰੋ ਕੇ ਬੁਰਾ ਹਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ
एक खुशी के भी पल ने क्योंकि दलजीत सिंह ऐसे दलजीत सिंह उन्होंने इन्होंने वादा भी किया है कि हुण जिन्ना भी खर्चा होएगा इन्हां दी समाज सेवी संस्था जिहड़ी उह सारी करेगी ते इह बच्चे दी अखां दी रोशनी लियाउण वास्ते चाहे जिस मर्जी जगह तक जाण दी जरूरत पई ते उह उत्थे पहुँचणगे ते इस बच्चे दी जिहड़ी अख दी रोशनी जिहड़ी उह वापस लियाउण दी कोशिश की जाएगी। असीं भी परमात्मा अग्गे अरदास करदे हां कि बच्चे दी अखां दी रोशनी आवे ते अपने माँ बाप की सेवा करे क्योंकि माँ बाप की सेवा तो वड्डी सेवा कोई भी नहीं। कैमरामैन जयप्रीत दे नाल गुरप्रीत सिंह चक ते टीवी अमृतसर। चमत्कार हुंदे ने देखो अपनियां अखां सामने 3 घंटे च हर परेशानी दा हल पाओ। सत इलमां दे माहिर दिवानशु जोशी। मेरे किते नूं कोई कट नहीं सकदा, कट्टन वाले नूं मूँह मंगिया इनाम। परेशानी जिवें मनचाहा प्यार, पति पत्नी चनबण, काले जादू दा खात्मा, बीमारी दवा ना लगना, वशीकरण करवाओ, जिस नूं चाहे उस नूं अपने वस च करो। लाटरी नंबर पाओ भावें 649 होवे जां लोटोमैक्स। धोखेबाज प्रेमी प्रेमिका सौतन दुश्मन नूं अपनियां अखां सामने तड़फदा वेखो। 7082844950।